ਬਾਪੂ ਜੀ, ਕੱਲ੍ਹ ਤਕਾਲੀ ਫੌਜ ਨੇ ਪਿੰਡ ਖਾਲੀ ਕਰਨ ਦਾ ਹੁਕਮ ਕਰਤਾ ਸੀ। ਸਾਨੂੰ ਦੋਵਾਂ ਜੀਆਂ ਨੂੰ ਹੋਰ ਕੁਛ ਸੋਚਿਆ ਨਹੀਂ, ਅਸੀਂ ਝੋਲਾ ਚੁੱਕਿਆ ਤੇ ਤੁਹਾਡੇ ਕੋਲ ਆ ਗਏ। ਤੁਹਾਡਾ ਆਪਣਾ ਘਰ ਹੈ, ਦੇਰ ਆਓ ਜਾਂ ਸਵੇਰ ਆਓ। ਮੈਨੂੰ ਚੰਗਾ ਜਾਂ ਨਹੀਂ ਲੱਗ ਰਿਹਾ। ਬੇਬੇ ਬਾਪੂ ਜੀ ਕੀ ਸੋਚਣਗੇ? ਕੁਝ ਨਹੀਂ, ਬਸ ਇਹੀ ਕਿ ਢੋਲ ਸਾਡੇ ਘਰ ਦਾ ਜਵਾਈ ਹੈ। ਓ ਪੁੰਨਵਾ ਆਇਆ ਬਾਪੂ। ਆ ਕੀ ਆਵੇ ਮੁੰਦਰਾ, ਤੈਨੂੰ ਬਣਾਉਣਾ ਮੈਂ ਰਾਂਝਾ। ਬਾਪੂ ਫਟ ਗਈ ਬਾਪੂ। ਓ ਢੋਲ ਲਿਆ ਵੇ ਰੱਤੀ ਦਾ ਸ਼ਿੰਗਾਰ ਬਣ ਕੇ, ਵਾਦੇ ਕਰ ਪੂਰੇ ਦਿਲ ਦਾਰ ਬਣ ਕੇ। ਸਿਰ ਤੇ ਚੜਿਆ ਇਸ਼ਕ ਦਾ ਜਨੂਨ ਸਿਰੇ ਤਾਂ ਚੜ ਜਾਂਦਾ ਪਰ ਬਲੀ ਦੇਣੀ ਪੈਂਦੀ ਹੈ। ਮਾਫ਼ ਕਰਨਾ, ਮੈਂ ਤੁਹਾਨੂੰ ਸਿਆਣਿਆਂ ਨਹੀਂ ਜਵਾਨੋ, ਤੁਹਾਡੀ ਤਾਰੀਫ ਕੀ ਹੈ? ਗੁੱਜਰ ਉਹਨਾਂ ਬੰਦਿਆਂ ਨਾਲ ਗੂੜੀ ਯਾਰੀ ਪਾਉਂਦਾ ਏ ਜਿਹੜੇ ਯਾਰੀ ਦੇ ਕਾਬਲ ਹੋਣ। ਉਹ ਕਦੀ ਵਰਦੀਆਂ ਛਵੀਆਂ 'ਚ ਯਾਦ ਕਰੀ ਸੱਜਣਾ ਨੂੰ, ਜੇ ਪੱਥਰਾਂ ਦੀ ਹਿੱਕ ਪਾੜ ਕੇ ਤੇਰੇ ਸਾਹਮਣੇ ਨਾ ਆਣ ਖਲੋਇਆ ਤੇ ਮੈਨੂੰ ਢੋਲਣ ਜੱਟ ਕੇ ਨੇ ਆਖਣਾ। ਆਪਣਾ ਢੋਲ ਸਿਓ ਹੁਣ ਨਵੇਂ ਨਵੇਂ ਰਿਸ਼ਤੇ ਤੇ ਨਵੇਂ ਨਵੇਂ ਯਾਰ ਬਣਾਉਂਦਾ, ਉਹ ਵੀ ਆਪਣੇ ਸਹੁਰੇ ਪਿੰਡ ਰਹਿ ਕੇ। ਗੁੱਜਰ ਨੂੰ ਮੇਰਾ ਪਰਿਵਾਰ ਨਫ਼ਰਤ ਕਰਦਾ ਹੈ। ਨਫ਼ਰਤ? ਤੁਸੀਂ ਗੁੱਜਰ ਨਾਲ ਦਾਰੂ ਵਿੱਚ ਤਾਰੀਆਂ ਲਾ ਰਹੇ ਹੋ। ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹੁੰਦੇ ਐ ਤੇ ਖਾਣ ਵਾਲੇ ਹੋਰ। ਨਾ ਜਾਇਆ ਕਰ, ਚੰਗੇ ਲੋਕ ਨਹੀਂ ਆ। ਓਏ, ਉਹ ਤੇ ਤੁਹਾਡੇ ਪਰਿਵਾਰ ਦੀ ਸਿਫਤ ਹੀ ਬੜੀ ਕਰਦਾ ਹੈ ਮੇਰੇ ਕੋਲ। ਉਹ ਮੇਰੇ ਨਾਲ ਦਾਰੂ ਘੱਟ ਪੀਂਦਾ ਤੇ ਤੁਹਾਡੀ ਸਿਫਤ ਵੱਧ ਕਰਦਾ। ਸਦਕੇ ਜਾਵਾਂ ਭਤੀਜ ਦੇ, ਵੈਰ ਤਾਂ ਕਦੇ ਭੁੱਲਦਾ ਹੀ। ਮੈਂ ਵੀ ਚੰਗੀ ਤਰ੍ਹਾਂ ਜਾਣਦਾ ਕਿ ਤੂੰ ਕਿਹੜੇ ਸ਼ਰੀਕ ਦੀਆਂ ਉਂਗਲਾਂ ਤੇ ਨੱਚਦਾ। ਨੱਚਦੇ ਬਾਂਦਰ ਹੁੰਦੇ ਆ ਬੰਦੇ ਨਹੀਂ। ਪੈਰਾਂ ਦੀ ਜੁੱਤੀ ਪੈਰਾਂ 'ਚ ਚੰਗੀ ਲੱਗਦੀ ਹੈ, ਜਿਹਨੂੰ ਹੱਥਾਂ 'ਚ ਫੜ ਲਈਏ ਨਾ ਉਹ ਖੜਾਕ ਕਰਦੀ ਹੈ। ਉਹ ਸੰਭਾਲ ਕੇ ਗੱਲ ਕਰ। ਮੇਰੇ ਤੋਂ ਕੀ ਗੁਨਾਹ ਹੋ ਗਿਆ, ਰੱਬ ਮੈਨੂੰ ਇੰਨੀ ਵੱਡੀ ਸਜ਼ਾ ਕਿਉਂ ਦੇ ਰਿਹਾ? ਦੁੱਖ ਰੋ ਰੋ ਕੇ ਦੱਸੂ, ਅੱਜ ਇਸ ਟੁੱਟੇ ਦਿਲ ਨੂੰ ਸਕੂਨ ਮਿਲਿਆ ਹੈ। ਦੁੱਖ ਰੋ ਰੱਤੀ ਦਾ ਘਰ ਉਜੜਦਾ ਵੇਖ ਕੇ ਮੇੜ ਹੋ ਜਾਏ। ਤੁਸੀਂ ਵੀ ਮੈਨੂੰ ਗਲਤ ਕਹਿਣ ਡਏ ਜੀ। ਉਹ ਤੂੰ ਰੱਬ ਆ ਯਾਰ, ਜਿਹੜਾ ਤੂੰ ਗਲਤ ਨਹੀਂ ਹੋ ਸਕਦਾ। ਸਵਰਗ ਵਰਗਾ ਘਰ ਨਰਕ ਬੰਦਾ ਜਾ ਰਿਹਾ। ਦੁੱਖ ਰੋ ਰੋ ਕੇ ਦੱਸੂ, ਤੈਨੂੰ ਕਰ ਲਿਆ। ਇਹ ਮੇਰਾ ਤਰਲਾ ਨਹੀਂ, ਇਹ ਮੇਰਾ ਫੈਸਲਾ। ਇਹ ਤੁਹਾਡਾ ਫੈਸਲਾ ਹੋ ਸਕਦਾ, ਮੇਰਾ ਨਹੀਂ।